ਬੇਸਿਕਲੀ ਅਸੀਂ ਆਪਣੇ ਪਿੰਡ ਵਿੱਚ ਜਿੱਦਾਂ ਕਿ ਕਰੋਨਾ ਵਾਇਰਸ ਬਹੁਤ ਫੈਲ ਰਿਹਾ ਹੈ, ਉਹਦੇ ਕਰਕੇ ਅਸੀਂ ਪਿੰਡ ਵਿੱਚ ਸੈਨੇਟਾਈਜ਼ਰ ਪ੍ਰੋਵਾਈਡ ਕੀਤਾ ਹਰ ਘਰ ਦੇ ਵਿੱਚ, ਅਤੇ ਹੁਣ ਅਸੀਂ ਰਾਸ਼ਨ ਪ੍ਰੋਵਾਈਡ ਕਰ ਰਹੇ ਹਾਂ ਹਰ ਘਰ ਦੇ ਵਿੱਚ। ਜਿੱਦਾਂ ਕਿ 3 ਦਿਨ ਹੋ ਗਏ ਆ ਸਾਡੇ ਰਾਸ਼ ਇੱਥੇ ਲੰਗਰ ਦੀ ਸੇਵਾ ਚੱਲ ਰਹੀ ਹੈ, ਜਿੱਦਾਂ ਹਰ ਘਰ ਦੇ ਵਿੱਚ ਲੰਗਰ ਪਹੁੰਚਾਇਆ ਜਾ ਰਿਹਾ ਹੈ। ਕਿ ਅਸੀਂ ਜਿਸ ਦਿਨ ਤੋਂ ਸਾਡਾ ਪੰਜਾਬ ਲੋਕਡਾਊਨ ਹੋਇਆ, ਅਸੀਂ ਜਿਹੜੀ ਆ ਸੈਨੇਟਾਈਜ਼ਰ ਸਪਰੇਅ ਵਗੈਰਾ ਕੀਤੀ ਹੈ 3-4 ਵਾਰ, ਅਤੇ ਸੈਨੇਟਾਈਜ਼ਰ ਘਰ ਘਰ ਜਾ ਕੇ ਅਸੀਂ ਲੋਕਾਂ ਨੂੰ ਪ੍ਰੋਵਾਈਡ ਕੀਤੇ ਆ। ਕੋਰੋਨਾ ਵਾਇਰਸ ਕਰਕੇ ਚੱਲ ਰਹੇ ਕਰਫਿਊ ਦੇ ਦੌਰਾਨ ਸਾਡੀ ਮੀਡੀਆ ਟੀਮ ਨੇ ਕਪੂਰਥਲਾ ਦੇ ਪਿੰਡ ਬਿਸ਼ਨਪੁਰਾ ਦਾ ਦੌਰਾ ਕੀਤਾ, ਜਿੱਥੇ ਪੰਜਾਬ ਦੀ ਸਭ ਤੋਂ ਛੋਟੀ ਪਹਿਲੀ ਮਹਿਲਾ ਸਰਪੰਚ ਗੁਰਕੀਰਤ ਕੌਰ ਅਤੇ ਚੇਅਰਮੈਨ ਬਲਾਕ ਸਮਿਤੀ ਗੁਰਦੀਪ ਸਿੰਘ ਬਿਸ਼ਨਪੁਰੀਆ ਨਾਲ ਖਾਸ ਗੱਲਬਾਤ ਕੀਤੀ ਗਈ, ਅਤੇ ਨਾਲ ਹੀ ਕੋਤਵਾਲੀ ਮੁੱਖ ਅਧਿਕਾਰੀ ਨਾਲ ਵੀ ਖਾਸ ਗੱਲਬਾਤ ਕੀਤੀ। ਕਿੱਦਾਂ ਰੱਖ ਰਹੇ ਨੇ ਇਹ ਇਲਾਕਾ ਵਾਸੀ ਆਪਣੇ ਇਲਾਕੇ ਦਾ ਧਿਆਨ, ਤੇ ਕਿੱਦਾਂ ਸੰਭਾਲ ਰਹੇ ਨੇ ਆਪਣੇ ਪਿੰਡਾਂ ਨੂੰ ਕੋਰੋਨਾ ਵਾਇਰਸ ਦੀ ਮਾਰ ਤੋਂ? ਆਓ ਮਾਰਦੇ ਇੱਕ ਨਜ਼ਰ। ਜੀ ਮਾਤਾ ਜੀ, ਜਿਹੜੇ ਤੁਹਾਡੇ ਪਿੰਡ ਬਿਸ਼ਨਪੁਰ ਵਿੱਚ ਜਿਹੜੀ ਪੰਚਾਇਤ ਵੱਲੋਂ ਸਰਪੰਚ ਵੱਲੋਂ ਜਿਹੜਾ ਉਪਰਾਲੇ ਕੀਤੇ ਜਾ ਰਹੇ, ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਬੇਟਾ ਜੀ, ਸਰਪੰਚ ਸਾਹਿਬ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਆ, ਅਤੇ ਜੇ ਕੋਈ ਮਤਲਬ ਰੋਟੀ ਲੈਣ ਨਾ ਆਵੇ ਤਾਂ ਅਸੀਂ ਘਰੇ ਵੀ ਰੋਟੀ ਪਹੁੰਚਾ ਦਈਦੀ ਆ, ਵਧੀਆ ਢੰਗ ਦੇ ਨਾਲ ਚੱਲੀ ਜਾਂਦਾ ਕੰਮ, ਵਧੀਆ ਰੋਟੀ ਬਣਾ ਕੇ 3 ਦਿਨ ਹੋਏ ਚੱਲਦੇ ਨੇ ਲੰਗਰ, ਅਤੇ ਗਾਂਹ ਵੀ ਸਾਡਾ ਹਜੇ ਇਹ ਵਿਚਾਰ ਹੈਗਾ ਵੀ ਜਿੰਨੇ ਦਿਨ ਚੱਲੂਗਾ ਚਲਾਵਾਂਗੇ। ਅਤੇ ਦਵਾਈਆਂ ਦੇ ਬਾਰੇ ਮੈਡੀਕਲ ਸੁਵਿਧਾ ਕਿੱਦਾਂ ਜੀ ਤੁਹਾਡੇ? ਅਤੇ ਮੈਡੀਕਲ ਵੀ ਜੇ ਸਾਨੂੰ ਜ਼ਰੂਰਤ ਪਵੇ ਤਾਂ ਅਸੀਂ ਸਰਪੰਚ ਸਾਹਿਬ ਨੂੰ ਸਿਫਾਰਿਸ਼ ਕਰੀਦੀ ਆ ਅਤੇ ਸਾਨੂੰ ਲੈ ਦਿੰਦੇ ਆ, ਜੇ ਸਾਨੂੰ ਜਾਣ ਨਹੀਂ ਦਿੰਦੇ, ਕਹਿ ਦਿੰਦੇ ਵੀ ਨਹੀਂ ਜਾਣਾ, ਅਤੇ ਜੇ ਜ਼ਰੂਰਤ ਪਵੇ ਤਾਂ ਅਸੀਂ ਇਹਨਾਂ ਕੋਲ ਮੰਗਵਾ ਲਈਦੀ ਆ, ਕਿਸੇ ਮੁੰਡੇ ਕੋਲ ਮੰਗਵਾ ਲਈਦੀ ਜਾਂ ਸਾਨੂੰ ਨਾਲ ਹੋ ਕੇ ਲੈ ਦਿੰਦੇ ਆ, ਵਧੀਆ ਦਵਾਈ ਦਾ ਉਪਰਾਲਾ ਵੀ ਹੋਈ ਜਾਂਦਾ ਆ। ਸਾਬੀ ਜੀ, ਕਿਹੜਾ ਪਿੰਡ? ਬਿਸ਼ਨਪੁਰ ਜੀ। ਤੁਹਾਨੂੰ ਪੰਚਾਇਤ ਵੱਲੋਂ ਸਰਪੰਚ ਵੱਲੋਂ ਕੀ ਕੀ ਪਿੰਡ ਲੈਵਲ 'ਚ ਫੈਸਿਲਿਟੀਆਂ ਮਿਲ ਰਹੀਆਂ? ਸਰ, ਸਰਪੰਚ ਸਾਹਿਬ ਵੱਲੋਂ ਸਾਨੂੰ ਪਿੰਡ ਦੇ ਵਿੱਚ ਸਪਰੇਅ ਪਹੁੰਚ ਚੁੱਕੀ ਹੈ ਜੀ, ਸਾਰੇ ਪਿੰਡ ਦੇ ਵਿੱਚ ਗਲੀਆਂ ਗਲੀਆਂ ਦੇ ਵਿੱਚ ਜਾ ਕੇ ਕਰਵਾ ਚੁੱਕੇ ਹਾਂ ਜੀ। ਬਾਕੀ ਜਿੱਦਾਂ ਰਾਸ਼ਨ ਦਾ ਜੀ, ਰਾਸ਼ਨ ਦਾ ਸਾਡੇ 3-4 ਦਿਨ ਤੋਂ ਲੰਗਰ ਸਰਪੰਚ ਸਾਹਿਬ ਵੱਲੋਂ ਚੱਲ ਰਿਹਾ ਜੀ। ਉਹ ਸਰ ਬਹੁਤ ਵਧੀਆ ਸਾਨੂੰ ਮਿਲ ਰਿਹਾ ਫੈਸਲਾ ਉਹਦਾ, ਜੋ ਵੀ ਹੈਗਾ ਸਾਡੇ 4 ਨਾਕਿਆਂ ਦੇ ਉੱਤੇ ਪਿੰਡ ਦੇ ਵਿੱਚ ਬੰਦ ਕੀਤਾ ਭਾਈਚਾਰੇ ਬਣਿਓ ਜੀ। ਮੈਡੀਕਲ ਫੈਸਿਲਿਟੀ ਕਿੱਦਾਂ? ਸਾਡੇ ਪਿੰਡ ਵਿੱਚ ਡਾਕਟਰ ਹੈਗਾ ਜੀ, ਉਹ ਜਿੱਦਾਂ ਸਵੇਰੇ 8 ਵਜੇ ਤੋਂ ਆ ਜਾਂਦਾ ਜੀ, ਸ਼ਾਮ ਤੱਕ ਰਹਿੰਦੇ ਆ, ਉਹ ਜਿਹਨੂੰ ਵੀ ਕੋਈ ਤੰਗੀ ਹੁੰਦੀ ਆ ਸਾਡੇ ਸਰਪੰਚ ਸਾਹਿਬ ਉਹਨਾਂ ਦਾ ਕਰਾਉਂਦੇ ਪੂਰੇ ਜੀ। ਜਿਹੜੀ ਪੰਚਾਇਤ ਵੱਲੋਂ ਜਾਂ ਸਰਪੰਚ ਵੱਲੋਂ ਪਿੰਡ ਦੀ ਜਿਹੜੇ ਖਾਣ ਪੀਣ ਦੀ ਵਿਵਸਥਾ ਕਿੱਦਾਂ ਦੀ ਆ? ਉਹ ਚੱਲ ਰਹੀ ਜੀ, 4-5 ਦਿਨ ਤੋਂ ਸਾਡੀ ਲਗਾਤਾਰ ਚੱਲ ਰਹੀ, ਹਾਲੇ ਤੱਕ ਕੋਈ ਮੁਸ਼ਕਲ ਨਹੀਂ ਗੀ, ਪਿੰਡ ਦੇ ਸੰਯੋਗ ਨਾਲ ਸਰਪੰਚ ਸਾਹਿਬ ਦੇ ਨਾਲ ਸਾਰਾ ਚੱਲ ਰਿਹਾ ਜੀ। ਸਹੀ ਸਰ, ਤੁਹਾਡੇ ਪਿੰਡ ਕੀ ਕੀ ਫੈਸਿਲਿਟੀਆਂ ਤੁਹਾਡੇ ਵੱਲੋਂ ਜਿਹੜੀ ਆ ਪਿੰਡ ਵਾਸੀਆਂ ਨੂੰ ਦਿੱਤੀਆਂ ਗਈਆਂ? ਪਿੰਡ ਵਾਸੀਆਂ ਤਾਂ ਜਿੱਦਾਂ ਮੈਂ ਪਹਿਲਾਂ ਦੱਸ ਦਿੱਤਾ ਕਿ ਅਸੀਂ ਜਿਸ ਦਿਨ ਤੋਂ ਸਾਡਾ ਪੰਜਾਬ ਲੋਕਡਾਊਨ ਹੋਇਆ, ਅਸੀਂ ਜਿਹੜੀ ਆ ਸੈਨੇਟਾਈਜ਼ਰ ਸਪਰੇਅ ਵਗੈਰਾ ਕੀਤੀ ਹੈ 3-4 ਵਾਰ, ਅਤੇ ਸੈਨੇਟਾਈਜ਼ਰ ਘਰ ਘਰ ਜਾ ਕੇ ਅਸੀਂ ਲੋਕਾਂ ਨੂੰ ਪ੍ਰੋਵਾਈਡ ਕੀਤੇ ਆ, ਤਾਂ ਕਿ ਆਪਣੇ ਹੱਥ ਮੂੰਹ ਜਿਹੜੇ ਆ ਹਰੇਕ ਘਰ ਵਾਲਾ ਜਿਹੜਾ ਸਾਫ਼ ਰੱਖੇ। ਉਹਦੇ ਨਾਲ ਨਾਲ ਅਸੀਂ, ਮੈਂ ਧੰਨਵਾਦ ਜਿਹੜਾ ਕਰਨਾ ਚਾਹੁੰਦਾ ਖਾਸ ਕਰਕੇ ਪੁਲਿਸ ਡਿਪਾਰਟਮੈਂਟ ਦਾ, ਕਿ ਜਿਨ੍ਹਾਂ ਨੇ ਲੋਕਡਾਊਨ ਹੁੰਦਿਆਂ ਹੀ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ, ਸਾਡੇ ਜਿੱਦਾਂ ਮੇਰਾ ਕੋਤਵਾਲੀ 'ਚ ਪਿੰਡ ਪੈਂਦਾ, ਸਾਡਾ ਪੁਲਿਸ ਨੇ ਸਾਡਾ ਬੜਾ ਸਹਿਯੋਗ ਦਿੱਤਾ, ਅਤੇ ਪਿੰਡ ਦੇ ਲੋਕ ਜੋ ਬਾਹਰ ਕੰਮਾਂ ਕਾਰਾਂ ਵਾਲੇ ਸੀਗੇ ਘਰਾਂ ਦੇ ਵਿੱਚ ਬੈਠੇ ਆ,
ਅਤੇ ਨੌਜਵਾਨ ਯੂਥ ਨੂੰ ਰੋਕਣ ਵਾਸਤੇ ਸਾਡਾ ਪੁਲਿਸ ਨੇ ਬਹੁਤ ਸਾਥ ਦਿੱਤਾ ਕਿ ਨੌਜਵਾਨ ਯੂਥ ਜੋ ਕਿ ਘਰਾਂ ਦੇ ਵਿੱਚ ਬੈਠ ਨਹੀਂ ਸਕਦਾ ਉਹਨਾਂ ਨੂੰ ਰੋਕਣ ਵਾਸਤੇ ਵੀ ਸਾਡਾ ਪੁਲਿਸ ਨੇ ਬੜਾ ਸਾਥ ਦਿੱਤਾ। ਅਤੇ ਅਸੀਂ ਜਿਹੜਾ ਪਿੰਡ ਦੇ ਚਾਰ ਚੁਫੇਰੇ ਜਿਹੜੇ ਆ ਨਾਕੇ ਲਾਏ ਹੋਏ ਆ, ਬਾਹਰਲਾ ਬੰਦਾ ਵੀ ਅਸੀਂ ਆਉਣ ਤੋਂ ਜਿਹੜਾ ਬੜਾ ਪਰਹੇਜ਼ ਕਰਦੇ ਹਾਂ ਕਿ ਬਾਹਰਲਾ ਬੰਦਾ ਕੋਈ ਆ ਕੇ ਸਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਮਹਾਂਮਾਰੀ ਬਿਮਾਰੀ ਨਾ ਲੈ ਕੇ ਆ ਜਾਵੇ ਵੀ ਜੋ ਕਿ ਸਾਡੇ ਪਿੰਡ ਨੂੰ ਬਹੁਤਾ ਖਮਿਆਜਾ ਭੁਗਤਣਾ ਪਵੇ। ਅਤੇ ਇਹਦੇ ਨਾਲ ਨਾਲ ਜਿਹੜਾ ਮੈਂ ਪੁਲਿਸ ਕਰਮਚਾਰੀਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਰੇ ਜਣੇ ਆਪਾਂ ਜੋ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸੈਨਾਟਾਈਜ਼ਰ ਦੇ ਜਿਹੜੇ ਆਪਣੇ ਪੋਕਟ ਦੇ ਵਿੱਚ ਰੱਖਣ, ਜਿਵੇਂ ਕਿ ਮੈਂ ਹੁਣ ਥੋੜ੍ਹੇ ਪੁਲਿਸ ਵਾਲਿਆਂ ਨੂੰ ਪ੍ਰੋਵਾਈਡ ਕੀਤੇ ਆ, ਮਾਸਕ ਪ੍ਰੋਵਾਈਡ ਕੀਤੇ ਆ, ਅਤੇ ਕਿਉਂਕਿ ਪੁਲਿਸ ਵਾਲੇ ਵੀਰਾਂ ਨੂੰ ਵੀ ਜਿਹੜੀ ਆ ਆਪਣੇ ਆਪ ਨੂੰ ਸੇਫ ਰੱਖਣਾ ਬਹੁਤ ਜ਼ਰੂਰੀ ਆ। ਧੰਨਵਾਦ, ਥੈਂਕ ਯੂ। ਨਾਮ ਗੁਰਕੀਰਤ ਕੌਰ, ਕਿਹੜਾ ਬਿਸ਼ਨਪੁਰ ਰਹੀ ਹਾਂ। ਬੇਸਿਕਲੀ ਅਸੀਂ ਆਪਣੇ ਪਿੰਡ ਵਿੱਚ ਜਿੱਦਾਂ ਕਿ ਕਰੋਨਾ ਵਾਇਰਸ ਬਹੁਤ ਫੈਲ ਰਿਹਾ ਹੈ ਉਹਦੇ ਕਰਕੇ ਅਸੀਂ ਪਿੰਡ ਵਿੱਚ ਸੈਨੇਟਾਈਜ਼ਰ ਪ੍ਰੋਵਾਈਡ ਕੀਤਾ ਹਰ ਘਰ ਦੇ ਵਿੱਚ, ਅਤੇ ਹੁਣ ਅਸੀਂ ਰਾਸ਼ਨ ਪ੍ਰੋਵਾਈਡ ਕਰ ਰਹੇ ਹਾਂ ਹਰ ਘਰ ਦੇ ਵਿੱਚ। ਜਿੱਦਾਂ ਕਿ 3 ਦਿਨ ਹੋ ਗਏ ਆ ਸਾਡੇ ਰਾਸ਼ ਇੱਥੇ ਲੰਗਰ ਦੀ ਸੇਵਾ ਚੱਲ ਰਹੀ ਹੈ, ਜਿੱਦਾਂ ਹਰ ਘਰ ਦੇ ਵਿੱਚ ਲੰਗਰ ਪਹੁੰਚਾਇਆ ਜਾ ਰਿਹਾ ਹੈ। ਮੈਡੀਕਲ ਸੁਵਿਧਾਵਾਂ ਕੀ ਕੀ? ਮੈਡੀਕਲ ਸੁਵਿਧਾਵਾਂ ਵੀ ਸਾਰਿਆਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ, ਜਿਹਨੂੰ ਲੋੜ ਹੈਗੀ ਆ ਉਹਨੂੰ ਦਿੱਤੀ ਜਾਂਦੀ ਹੈ, ਅਤੇ ਜਿਹਨੂੰ ਵੀ ਕੋਈ ਪ੍ਰੋਬਲਮ ਆ ਉਹ ਸਾਨੂੰ ਦੱਸਦਾ ਆ ਕਿ ਅਸੀਂ ਉਹਨੂੰ ਮੈਡੀਕਲ ਸੁਵਿਧਾ ਦਿੰਦੇ ਹਾਂ। ਤੁਸੀਂ ਯੂਥ ਹੋ, ਇੱਕ ਸਰਪੰਚ ਹੋ, ਤੁਸੀਂ ਜਿਹੜੇ ਆਮ ਇਨਸਾਨ ਜਿਹੜੇ ਆਮ ਯੂਥ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਬਾਹਰ ਘੁੰਮਦੇ ਆ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਆਪਣੇ ਪਿੰਡ ਦੇ ਸਾਰੇ ਯੂਥ ਨੂੰ ਇਹੀ ਕਹਿਣਾ ਚਾਹੂੰਗੀ ਕਿ ਆਪਣੇ ਘਰਾਂ ਦੇ ਵਿੱਚ ਰਹਿਣ, ਕਿਉਂਕਿ ਜਿੱਦਾਂ ਕਿ ਬਹੁਤ ਬਿਮਾਰੀ ਫੈਲ ਰਹੀ ਹੈ, ਜਿੱਦਾਂ ਇਹ ਕਰੋਨਾ ਵਾਇਰਸ ਬਹੁਤ ਫੈਲਿਆ ਹੈ ਕਿ ਜਿਹੜਾ ਯੂਥ ਹੈ ਉਹ ਬਾਹਰ ਆ ਕੇ ਖੜ੍ਹ ਜਾਂਦਾ ਆ, ਉਹਨਾਂ ਨੂੰ ਬਾਹਰ ਨਹੀਂ ਖੜ੍ਹਨਾ ਚਾਹੀਦਾ, ਆਪਣੇ ਘਰਾਂ ਦੇ ਵਿੱਚ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਬਿਮਾਰੀ ਬਹੁਤ ਫੈਲ ਰਹੀ ਹੈ ਜੋ ਕਿ ਬਹੁਤ ਹੀ ਭਿਆਨਕ ਹੈ। ਪਿੰਡਾਂ ਵਿੱਚ ਲੋਕਡਾਊਨ ਦਾ ਕਿੱਦਾਂ ਮਤਲਬ ਪ੍ਰਬੰਧ ਹੈ ਤੁਹਾਡੇ? ਦੇਖੋ, ਇਹ ਜਿਹੜਾ ਲੋਕਡਾਊਨ ਹੈ ਜਿੱਦਾਂ ਸਰਕਾਰ ਚਾਹੁੰਦੀ ਹੈ, ਕੈਪਟਨ ਸਾਹਿਬ ਚਾਹੁੰਦੇ ਆ, ਸੀ ਐੱਮ ਸਾਹਿਬ ਸਾਡੇ ਵੀ, ਇਹ ਜਿਹੜੀ ਸੈਲਫ ਆਈਸੋਲੇਸ਼ਨ ਆ ਇਹਨਾਂ ਹਾਲਾਤਾਂ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਾਰੇ ਸਰਪੰਚਾਂ ਨੂੰ ਬੇਨਤੀ ਕੀਤੀ ਸੀ। ਹੁਣ ਮੈਂ ਦੇਖਿਆ ਸਾਰੇ ਦੇ ਸਾਰੇ ਕਤਵਾਲੀ ਥਾਣੇ ਦੇ ਕਿ ਕਪੂਰਥਲੇ ਦੇ ਜਿੰਨੇ ਵੀ ਥਾਣੇ ਆ ਸਾਰੇ ਲੋਕ ਜਿਹੜੇ ਸਰਪੰਚ ਆ ਉਹ ਸਾਨੂੰ ਚੰਗਾ ਹੁੰਗਾਰਾ ਦੇ ਰਹੇ ਆ। ਇਹਨਾਂ ਨੇ ਸਾਰਿਆਂ ਨੇ ਆਪਣੇ ਪਿੰਡ ਆਪ ਹੀ ਲੋਕਡਾਊਨ ਕੀਤੇ ਹੋਏ ਆ, ਪਰ ਇਸ ਤੋਂ ਇਲਾਵਾ ਜਿਹੜੀ ਅਸੀਂ ਕੁਛ ਕੁ ਜਨਤਾ ਜਿਹੜੀ ਹੈਗੀ ਆ ਉਹ ਗਲੀਆਂ ਦੇ ਵਿੱਚ ਜਿਹੜੀ ਘੁੰਮੀ ਜਾਂਦੀ ਹੈ, ਕੋਈ ਕ੍ਰਿਕਟ ਖੇਡੀ ਜਾਂਦਾ, ਕੋਈ ਤਾਸ਼ ਖੇਡਦਾ ਪਿਆ, ਸਾਨੂੰ ਇਹੋ ਜਿਹੀਆਂ ਸ਼ਿਕਾਇਤਾਂ ਆਉਂਦੀਆਂ ਪਈਆਂ। ਪਰ ਮੇਰੀ ਉਹਨਾਂ ਸਾਰਿਆਂ ਕਿ ਇਹੀ ਬੇਨਤੀ ਹੈ ਵੀ ਪੁਲਿਸ ਨੂੰ ਮਜਬੂਰ ਨਾ ਕਰੋ, ਵੀ ਪੁਲਿਸ ਜਿਹੜੀ ਆ ਤੁਹਾਨੂੰ ਵਾਰ ਵਾਰ ਕਹੀ ਜਾਂਦੀ ਆ, ਸਰਪੰਚ ਸਾਹਿਬ ਵਾਰ ਵਾਰ ਅਨਾਊਂਸਮੈਂਟ ਕਰਾਈ ਜਾਂਦੇ ਆ, ਅਤੇ ਤੁਸੀਂ ਆਪਣੇ ਘਰਾਂ 'ਚ ਹੀ ਰਹੋ ਬਸ। ਜੇ ਤੁਸੀਂ ਆਪਣੇ ਘਰਾਂ 'ਚ ਸੇਫ ਹੋ ਤਾਂ ਅਸੀਂ ਵੀ ਸੇਫ ਹਾਂ। ਪੁਲਿਸ ਜਿਹੜੀ ਆ 24 ਘੰਟੇ ਡਿਊਟੀ ਵਾਸਤੇ ਜਿਹੜੀ ਆ ਕਰ ਰਹੀ ਆ ਉਹ ਤੁਹਾਡੀ ਸੇਫਟੀ ਵਾਸਤੇ ਹੀ ਕਰ ਰਹੀ ਆ। ਇਸ ਤੋਂ ਇਲਾਵਾ ਜਿਹੜੇ ਕੋਈ ਨਸ਼ੇ ਵਾਲੇ ਜਿਹੜੀ ਗੱਲ ਚੱਲਦੀ ਸੀਗੀ ਨਸ਼ੇ ਦੇ ਵਿੱਚ, ਕਿਉਂਕਿ ਕੰਪਲੀਟਲੀ ਲੋਕਡਾਊਨ ਆ, ਮੇਰੇ ਵੱਲੋਂ ਜਿਹੜੀ ਆ ਸਾਰੇ ਸਰਪੰਚਾਂ ਨੂੰ ਅਤੇ ਠੀਕਰੀ ਪੇਰੇ ਵਾਲੇ ਬੰਦਿਆਂ ਨੂੰ ਇਹ ਹਦਾਇਤ ਕੀਤੀ ਗਈ ਵੀ ਪਿੰਡ ਦਾ ਕੋਈ ਵੀ ਬੰਦਾ ਜਿਹੜਾ ਨਾ ਬਿਨਾਂ ਕਿਸੇ ਕੰਮ ਤੋਂ ਬਾਹਰ ਨਹੀਂ ਜਾਊਗਾ। ਜੇ ਜਾਊਗਾ, ਮੰਨ ਲਓ ਕਿਤੇ ਸ਼ਹਿਰ 'ਚੋਂ ਫੜਿਆ ਜਾਂਦਾ, ਇੱਥੇ ਉਹਦਾ ਰਿਕਾਰਡ ਹੋਊਗਾ, ਮੈਂ ਸਰਪੰਚ ਤੋਂ ਕਨਫਰਮ ਕਰੂੰਗਾ ਵੀ ਉਹ ਕਿਹੜੀ ਏਡ ਲੈਣ ਵਾਸਤੇ ਇੱਥੇ ਜਾ ਰਿਹਾ ਸੀਗਾ, ਵੀ ਉਹ ਮੈਡੀਕਲ ਏਡ ਸੀ ਜਾਂ ਬੈਂਕ 'ਚੋਂ ਪੈਸੇ ਕਢਾਉਣੇ ਸੀ, ਉਹ ਏਟੀਐਮ 'ਚੋਂ ਪੈਸੇ ਕਢਾਉਣ ਦੇ ਬਹਾਨੇ ਚਲਾ ਗਿਆ ਉੱਥੇ ਸ਼ਹਿਰ 'ਚ, ਅਤੇ ਸ਼ਹਿਰ 'ਚ ਕਿਤੇ ਹੋਰ ਜਗ੍ਹਾ 'ਤੇ ਫੜਿਆ ਜਾਂਦਾ। ਜਦੋਂ ਇਹੋ ਜਿਹੀ ਸਿਚੁਏਸ਼ਨ ਆਊਗੀ ਤਾਂ ਉਹਨੂੰ ਉਹਦਾ ਵੈਰੀਫਾਈ ਕੀਤਾ ਜਾਊਗਾ ਸਰਪੰਚ ਤੋਂ, ਜੇ ਉਹ ਪਾਇਆ ਗਿਆ ਵੀ ਉਹ ਝੂਠ ਬੋਲਦਾ ਪਿਆ ਤਾਂ ਉਹਦੇ ਖਿਲਾਫ਼ ਜਿਹੜੀ ਆ ਪਰਚਾ ਵੀ ਦਰਜ ਹੋਊਗਾ। ਸੋ ਇਹ ਬੜਾ ਸਟ੍ਰਿਕਟਲੀ ਮੈਸੇਜ ਆ ਸਾਰਿਆਂ ਨੂੰ, ਜਿੰਨਾ ਅਸੀਂ ਜੇ ਦੇਸ਼ ਵਾਸਤੇ ਆਪਣੇ ਇੱਥੇ ਪੰਜਾਬ ਵਾਸਤੇ ਸਟੇਟ ਵਾਸਤੇ ਅਸੀਂ ਕੁਛ ਕਰ ਸਕਦੇ ਹਾਂ ਸਿਰਫ ਇੰਨਾ ਹੀ ਕਰੋ, ਤੁਸੀਂ ਆਪਣੇ ਘਰਾਂ 'ਚ ਰਹੋ ਬਸ, ਹੋਰ ਕੁਛ ਨਹੀਂ। ਤੁਹਾਨੂੰ ਹਰ ਫੈਸਿਲਿਟੀ ਜਿਹੜੀ ਆ ਉਹ ਤੁਹਾਨੂੰ ਮਿਲੂਗੀ। ਜੇ ਕਿਸੇ ਬੰਦੇ ਨੂੰ ਕੋਈ
ਕੋਈ ਕੈਜੂਅਲਟੀ ਹੋ ਜਾਂਦੀ ਹੈ ਜਾਂ ਕੋਈ ਖੁਸ਼ੀ ਦਾ ਜਾਂ ਗਮੀ ਦਾ ਕੋਈ ਇਹੋ ਜਿਹੀ ਚੀਜ਼ ਹੈਗੀ ਹੈ, ਤੁਸੀਂ ਆਪਣੇ ਸਰਪੰਚ ਸਾਹਿਬ ਨੂੰ ਦੱਸੋ, ਪੁਲਿਸ ਦੇ ਜਿਹੜੇ 112 ਨੰਬਰ ਹੈ ਜਿਹੜਾ ਉਹ ਕੰਟੀਨਿਊਸਲੀ ਤੁਹਾਡੀ ਸੇਵਾ 'ਚ ਹਾਜ਼ਰ ਆ, 8-8 ਘੰਟੇ ਲਈ ਜਿਹੜੇ DSP ਸਾਹਿਬਾਨ ਨੇ ਉੱਥੇ ਬੈਠੇ ਆ, ਤੁਹਾਨੂੰ ਔਨਲਾਈਨ ਪਾਸ ਵੀ ਜਿਹੜੇ ਇਸ਼ੂ ਹੋ ਰਹੇ ਆ, ਕੋਈ ਮੂਵਮੈਂਟ ਪਾਸ ਹੈ ਉਹ ਵੀ ਇਸ਼ੂ ਹੋ ਰਿਹਾ, ਬਟ ਇਹ ਫੈਸਿਲਿਟੀ ਨੂੰ ਸਿਰਫ ਅਤੇ ਸਿਰਫ ਉਸ ਟਾਈਮ ਲਈ ਯੂਜ਼ ਕਰੋ ਜਦੋਂ ਤੁਹਾਡੇ ਹੋਰ ਕੋਈ ਆਪਸ਼ਨ ਨਹੀਂ ਹੈ, ਬਸ ਇਹੀ ਮੇਰੀ ਬੇਨਤੀ ਹੈ ਇਹਨਾਂ ਨੂੰ। ਆਜੋ 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 ਆਜੋ।
ਗੁਰਬਾਣੀ ਅਖੰਡਬਾਣੀ ਵਾਸਤੇ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।